24 ਜਨਵਰੀ ਸਨ 1914। ਇਸ ਦਿਨ ਜਰਮਨੀ ਵਿਰੁੱਧ ਜੰਗ ਦਾ ਐਲਾਨ ਕਰਨ ਤੋਂ ਬਾਅਦ ਬਰਤਾਨੀਆ ਨੇ ਹੋਰ ਫੌਜੀ ਭਰਤੀ ਕਰਨ ਦਾ ਐਲਾਨ ਕੀਤਾ। ਅੱਜ ਦੇ ਹੀ ਦਿਨ ਸੰਨ 1950 ਵਿੱਚ ਸੰਵਿਧਾਨ ਸਭਾ ਨੇ ਰਵਿੰਦਰ ਨਾਥ ਟੈਗੋਰ ਦੁਆਰਾ ਲਿਖੇ ਗੀਤ ਜਨਗਨ ਮਨ ਨੂੰ ਰਾਸ਼ਟਰੀ ਗੀਤ ਵਜੋਂ ਮਾਨਤਾ ਦਿੱਤੀ। ਇਸੇ ਹੀ ਦਿਨ ਸੰਨ 1952 ਵਿੱਚ ਵਿਨਸੈਂਟ ਮੈਸੀ ਕੈਨੇਡਾ ਦੇ ਗਵਰਨਰ ਜਨਰਲ ਬਣਨ ਵਾਲੇ ਪਹਿਲੇ ਕੈਨੇਡੀਅਨ ਸਨ। ਅੱਜ ਦੇ ਹੀ ਦਿਨ ਸੰਨ 1960 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 129 ਮੈਂਬਰਾਂ ਸਮੇਤ 1,00,000 ਗੁਰਸਿੱਖਾਂ ਨੇ ਪੰਜਾਬੀ ਸੂਬਾ ਲਹਿਰ ਨੂੰ ਤੇਜ਼ ਕਰਨ ਦੀ ਸਹੁੰ ਚੁੱਕੀ। 1965 ਦੀ 24 ਜਨਵਰੀ ਨੂੰ ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਸਰ ਵਿੰਸਟਨ ਚਰਚਿਲ ਦਾ ਲੰਡਨ ਵਿਖੇ 90 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਹ 10 ਸਾਲ ਤੱਕ ਬਰਤਾਨੀਆ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਉੱਤੇ ਰਹੇ। 24 ਜਨਵਰੀ ਸੰਨ 1966, ਇਸ ਦਿਨ ਏਅਰ ਇੰਡੀਆ ਦਾ ਬੋਇੰਗ 707 ਨਾਂ ਦਾ ਹਵਾਈ ਜਹਾਜ਼ ਫਰਾਂਸ ਵਿਖੇ ਹਾਦਸਾ ਗ੍ਰਸਤ ਹੋ ਗਿਆ। ਇਸ ਹਾਦਸੇ ਦੌਰਾਨ 117 ਯਾਤਰੀਆਂ ਦੀ ਮੌਤ ਹੋ ਗਈ।